ਰਾਜੀਕੌਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਸਨੀ ਮਾਨ ਸਾਹਿਬ ਦਾ ਸਵਾਗਤ ਕਰਦਾ ਅੱਜ ਮੈਂ ਖੜਾ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ ਵਿੱਚ ਇੱਥੋਂ ਲੰਘ ਰਿਹਾ ਸੀ ਤਾਂ ਦੇਖੇ ਛੋਟੀ ਛੋਟੀਆਂ ਬੱਚੀਆਂ ਝੋਨਾ ਲਾ ਰਹੀਆਂ ਸੀ ਜਦ ਮੈਂ ਇੱਥੇ ਕਿਸਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬੱਚੀਆਂ ਪੜ੍ਹੀਆਂ ਲਿਖੀਆਂ ਨੇ ਪਰ ਇਹਨਾਂ ਨੂੰ ਮਜਬੂਰੀ ਦੇ ਕਰਕੇ ਝੋਨਾ ਲਾਉਣਾ ਪੈ ਰਿਹਾ ਇਹਨਾਂ ਦੀ ਕੀ ਮਜਬੂਰੀਆਂ ਨੇ ਕਿਉਂ ਇਹਨਾਂ ਨੇ ਅੱਗੇ ਆਪਣੀ ਸਟੱਡੀ ਰੋਕਣੀ ਪੈ ਗਈ ਉਹਦੇ ਬਾਰੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਤਾਂ ਕੀ ਨਾਮ ਤੁਹਾਡਾ ਅਮਨਦੀਪ ਕੌਰ ਕੀ ਤੁਹਾਡੀ ਸਟੱਡੀ ਕੀਤੀ ਜੀ ਐਨਐਮ ਤੁਸੀਂ ਝੋਨਾ ਲਾ ਰਹੇ ਹੋ ਕੀ ਮਜਬੂਰੀ ਹੈ ਮਤਲਬ ਅੱਗੇ ਸਟੱਡੀ ਕੰਟੀਨਿਊ ਰੱਖਣਾ ਨਹੀਂ ਅੱਗੇ ਸਟੱਡੀ ਅਸੀਂ ਕੰਟੀਨਿਊ ਨਹੀਂ ਰੱਖ ਰਹੇ ਸਾਡੀ ਘਰ ਦੀ ਮਜਬੂਰੀ ਸੀਗੀ ਸਟੱਡੀ ਇਸ ਲਈ ਅੱਗੇ ਕਰਨੀ ਹੋਈ ਤੇ ਸਟੱਡੀ ਕਰਨ ਦੀ ਇੱਛਾ ਵੀ ਸੀ ਅੱਗੇ ਘਰ ਦੀਆਂ ਮਜਬੂਰੀਆਂ ਕਰਕੇ ਸਾਨੂੰ ਕੀ ਝੋਨਾ ਲਗਾਉਣਾ ਅੱਛਾ ਜੇ ਹੁਣ ਕੋਈ ਮਤਲਬ ਤੁਹਾਨੂੰ ਮਦਦ ਮਿਲਦੀ ਹੈ ਤਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅੱਗੇ ਸਟੱਡੀ ਕੰਟੀਨਿਊ ਰੱਖੋ ਹਾਂਜੀ ਜੇ ਅੱਗੇ ਸਾਨੂੰ ਹੈਲਪ ਮਿਲਦੀ ਹੈ ਸਰਕਾਰ ਵੱਲੋਂ ਤਾਂ ਅਸੀਂ ਅੱਗੇ ਸਟੱਡੀ ਕਰਨ ਲਈ ਤਿਆਰ ਹਾਂ ਬੇਟਾ ਤੁਹਾਡਾ ਕੀ ਨਾਮ ਮਨਦੀਪ ਕੌਰ ਤੁਸੀਂ ਕੀ ਸਟੱਡੀ ਕੀਤੀ ਮੈਂ ਗ੍ਰੈਜੂਏਸ਼ਨ ਦੀ ਆਰਟਸ ਦੇ ਨਾਲ ਕੀਤੀ ਹੈ ਨਹਿਰੂ ਕਾਲਜ 'ਚ ਮਾਨਸਾ ਅਤੇ ਸਾਨੂੰ ਵੀ ਐਂ ਵੀ ਜੇ ਜਿਸ ਤਰ੍ਹਾਂ ਸਾਡੇ ਕੋਲ ਫੀਸ ਹੋਵੇ ਨਾ ਅਸੀਂ ਵੀ ਅੱਗੇ ਸਟੱਡੀ ਕਰੀਏ ਤਾਂ ਕਿ ਸਾਨੂੰ ਵੀ ਵਧੀਆ ਜੋਬ ਮਿਲੇ ਸਾਡਾ ਵੀ ਅੱਗੇ ਭਵਿੱਖ ਵਧੀਆ ਹੋਵੇ ਅਤੇ ਘਰ ਦੀਆਂ ਮਜਬੂਰੀਆਂ ਕਾਰਨ ਅਸੀਂ ਅੱਗੇ ਸਟੱਡੀ ਨਹੀਂ ਕਰ ਸਕਦੇ ਅਤੇ ਇਸ ਲਈ ਸਾਨੂੰ ਫਿਰ ਕੇ ਝੋਨਾ ਲਾਉਣਾ ਪੈ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਬੇਟਾ ਵੀ ਤੁਸੀਂ ਤੁਹਾਨੂੰ ਵੀ ਝੋਨਾ ਲਾਉਣਾ ਪੈ ਰਿਹਾ ਤੁਸੀਂ ਕੀ ਕਹੋਗੇ ਸਰਕਾਰ ਨੂੰ ਕੀ ਮੰਗ ਕਰ ਦਿਓਗੇ ਤੁਹਾਡੀ ਕਿਸ ਤਰ੍ਹਾਂ ਮੰਗ ਹੋਵੇਗੀ ਸਾਡੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਮੈਂ ਵੀ ਜੀਐਨਐਮ ਕਰਦੀ ਸੀ ਪਲੱਸ ਟੂ ਤੋਂ ਬਾਅਦ ਤੇ ਮੈਨੂੰ ਵੀ ਵਿੱਚ ਹੀ ਛੱਡਣੀ ਪਈ ਘਰ ਦੇ ਮਜ਼ਬੂਰੀ ਨੂੰ ਤੁਸੀਂ ਵੀ ਸਟੱਡੀ ਕੰਟੀਨਿਊ ਰੱਖ ਰਹੇ ਹੋ ਜਾਂ ਬੰਦ ਕਰ ਬੰਦ ਹੈ ਅੱਛਾ ਤਾਂ ਜਿਵੇਂ ਕਿ ਇੱਕ ਵਾਰ ਦੇਖਿਆ ਲਗਭਗ ਸਾਰੀਆਂ ਬੱਚੀਆਂ ਦਾ ਇਹੀ ਕਹਿਣਾ ਕਿ ਸਟੱਡੀ ਆਪਦੀ ਕੰਟੀਨਿਊ ਰੱਖਣੀ ਚਾਹੁੰਦੀਆਂ ਨੇ ਪਰ ਘਰ ਦੀ ਜਿਹੜੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਰਕੇ ਇਹਨਾਂ ਨੂੰ ਝੋਨਾ ਲਾਉਣਾ ਪੈ ਰਿਹਾ ਤਾਂ ਇਹਨਾਂ ਦੇ ਪੇਰੈਂਟਸ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਇਹ ਜਿਹੜੇ ਬੱਚੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਪੜ੍ਹਾਈ ਮਜਬੂਰੀ ਕਰਕੇ ਛੱਡਣੀ ਪੈਗੀ ਵੈਸੇ ਪੜ੍ਹਾਈ ਦੇ ਵਿੱਚ ਠੀਕ ਨੇ ਠੀਕ ਹੈ ਜੀ ਬਹੁਤ ਵਧੀਆ ਜੀ ਹਾਂ ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਵੀ ਇਹਨਾਂ ਨੂੰ ਕੋਈ ਜਿਹੜਾ ਪੜ੍ਹਾਈ 'ਚ ਕਮਜ਼ੋਰ ਹੋਣ ਕਰਕੇ ਇਹਨਾਂ ਨੂੰ ਪੜ੍ਹਾਈ ਨਹੀਂ ਨਹੀਂ ਜੀ ਬਹੁਤ ਵਧੀਆ ਪੜ੍ਹਦੇ ਸੀ ਬੱਚੇ ਸਾਰੇ ਆਪਣੇ ਹੋਰ ਕੀ ਆ ਰਿਹਾ ਹੋ ਜਾਂਦਾ ਜੀ ਆਪਣਾ ਇਹ ਇੱਕ ਤਾਂ ਖਰਚਾ ਪੜ੍ਹਾਈ ਦੀ ਬਹੁਤ ਹੋ ਜਾਂਦਾ ਕਿਤਾਬਾਂ ਦਾ ਹੋ ਜਾਂਦਾ ਬੱਸ 'ਤੇ ਆਉਣਾ ਜਾਣਾ 20-25 ਕਿਲੋਮੀਟਰ ਦੂਰ ਆ ਸਾਡਾ ਪਿੰਡ ਅਤੇ ਆਉਣ ਜਾਣ ਦੀ ਬਹੁਤ ਖਰਚਾ ਪੈ ਜਾਂਦਾ ਜੀ ਵੀ ਉਹਦੇ ਕਰਕੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਇਹ ਸਿਰਫ ਇਕੱਲਾ ਫੀਸਾਂ ਦਾ ਨਹੀਂ ਵੀ ਹੋਰ ਵੀ ਜਿਹੜਾ ਖਰਚਾ ਆਉਂਦਾ ਉਹ ਵੀ ਉਠਾਉਣਾ ਮੁਸ਼ਕਲ ਆ ਆਪਣੇ ਹਾਂਜੀ ਇਹ ਵੀ ਉਠਾਉਣਾ ਮੁਸ਼ਕਲ ਹੈ ਪਿੱਛੋਂ ਜੀ ਬਹੁਤ ਹੋਇਆ ਇਕੱਲਾ ਫੀਸਾਂ ਦਾ ਨਹੀਂ ਇਕੱਲਾ ਕਿਰਾਇਆ ਹੋ ਜਾਂਦਾ ਕਿਤਾਬਾਂ ਦਾ ਹੋ ਜਾਂਦਾ ਪਿੰਨ ਕਾਪੀ ਦਾ ਸਾਰਾ ਖਰਚਾ ਹੋ ਜਾਂਦਾ ਜੀ ਤੁਸੀਂ ਕੀ ਮੰਗ ਕਰਦੇ ਹੋ ਸਾਰੇ ਮਾਂ ਬਾਪ ਖੜੇ ਹੋ ਬੱਚੇ ਨੇ ਇੱਧਰ ਮੰਮੀ ਡੈਡੀ ਖੜੇ ਨੇ ਤੁਸੀਂ ਕੀ ਮੰਗ ਕਰਦੇ ਹੋ ਵੀ ਤੁਹਾਡੀ ਕਿਸ ਤਰ੍ਹਾਂ ਮਦਦ ਹੋਵੇ ਜਿਹੜੇ ਜਿਹਦੇ ਕਰਕੇ ਆਪਦੀ ਅੱਗੇ ਪੜ੍ਹਾਈ ਸ਼ੁਰੂ ਕਰ ਸਕਣ ਦੇ ਮਤਲਬ ਦਿਹਾੜੀ 'ਚ ਬਾਹਰ ਆ ਕੇ ਵਧੀਆ ਜ਼ਿੰਦਗੀ ਜਿਉਂ ਸਕਣ ਅਸੀਂ ਇਹ ਚਾਹੁੰਦੇ ਹਾਂ ਜੀ ਸਰਕਾਰ ਸਾਨੂੰ ਕੁਛ ਦੇਵੇ ਅਸੀਂ ਅੱਗੇ ਇਹਨਾਂ ਨੂੰ ਪੜ੍ਹਾ ਨਹੀਂ ਸਕਦੇ ਮਦਦ ਕਰੇ ਕੋਈ ਅੱਗੇ ਪੜ੍ਹਾਗੇ ਪੜ੍ਹਨ ਆਪਦੇ ਪੜ੍ਹ ਲਿਖ ਕੇ ਬੱਚੇ ਵਧੀਆ ਨੌਕਰੀ ਕਰਨ ਲੱਗਣ ਤਰੱਕੀ ਕਰਨ ਫਿਰ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਸਾਨੂੰ ਕੋਈ ਸਰਕਾਰ ਮਦਦ ਕਰੇ ਸਾਡੀ ਕਿ ਵੀ ਅਸੀਂ ਇਹਨਾਂ ਨੂੰ ਵਿਚਾਰਿਆਂ ਨੂੰ ਪੜ੍ਹਾਗੇ ਅੱਗੇ ਅਤੇ ਖਰਚੇ ਬਹੁਤ ਜ਼ਿਆਦਾ ਸਾਤੋਂ ਫੀਸਾਂ ਨਿਕਲੀਆਂ ਜਾਂਦੀਆਂ ਸੋ ਜਿਵੇਂ ਕਿ ਆਪਾਂ ਗੱਲਬਾਤ ਕੀਤੀ ਬੱਚਿਆਂ ਦੇ ਨਾਲ ਵੀ ਉਹਨਾਂ ਦੇ ਮਾਪਿਆਂ ਦੇ ਨਾਲ ਇਹਨਾਂ ਨੇ ਕਿਹਾ ਕਿ ਆਰਥਿਕ ਤੰਗੀ ਦੇ ਕਰਕੇ ਇਹਨਾਂ ਨੂੰ ਅੱਜ ਝੋਨਾ ਲਾਉਣਾ ਪੈ ਰਿਹਾ ਵੈਸੇ ਜਿਵੇਂ ਇਹਨਾਂ ਦੱਸਿਆ ਕਿ ਬਹੁਤ ਕਾਬਲ ਨੇ ਬੱਚੀਆਂ ਪੜ੍ਹਨ ਦੇ ਵਿੱਚ ਵੀ ਹੁਸ਼ਿਆਰ ਨੇ ਇਹਨਾਂ ਦਾ ਵੀ ਦਿਲ ਕਰਦਾ ਕਿ ਅੱਗੇ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ 'ਚ ਲੱਗਣ ਸੋ ਸਾਡੀ ਅਸੀਂ ਆਪਣੇ ਵੱਲੋਂ ਵੀ ਇਹੀ ਗੁਜ਼ਾਰਿਸ਼ ਕਰਾਂਗੇ ਜੋ ਵੀ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਸਿਰਫ ਇੱਥੇ ਨਹੀਂ ਜਗ੍ਹਾ ਜਗ੍ਹਾ 'ਤੇ ਵੀ ਬਹੁਤ ਜਗ੍ਹਾ 'ਤੇ ਆਪਾਂ ਦੇਖਦੇ ਹਾਂ ਪੂਰੇ ਮਾਸਟਰ ਡਿਗਰੀਆਂ ਕਰਕੇ ਕੁੜੀਆਂ ਝੋਨਾ ਲਾ ਰਹੀਆਂ ਨੇ